ਹਾਂਜੀ, ਕਿਵੇਂ ਹੋ ਤੁਸੀਂ ਸਾਰੇ ਜਾਣੇ? ਆਈ ਹੋਪ ਸੋ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ। ਅਤੇ ਜਿੱਦਾਂ ਤੁਹਾਨੂੰ ਮੈਂ ਕਿਹਾ ਸੀਗਾ ਲਾਸਟ ਬਲੌਗ ਦੇ ਵਿੱਚ, ਤੁਸੀਂ ਸਾਰੇ ਜਾਣੇ ਪ੍ਰੇਅਰ ਕਰਿਓ, ਠੀਕ ਆ? ਪ੍ਰੇਅ ਕਰਿਓ ਵੀ ਫਿਓਨਾ ਅਤੇ ਰੱਬੀ ਬਿਲਕੁਲ ਦੋਨੇ ਜਾਣੇ ਠੀਕ ਹੋ ਜਾਣ, ਬਿਲਕੁਲ ਸਹੀ ਠੀਕ ਹੋ ਜਾਵੇ, ਠੀਕ ਆ? ਜੈਬੂ ਵੀ ਉੱਠ ਗਿਆ ਸੀਗਾ ਹੁਣ ਮੇਰਾ ਪੁੱਤ, ਅਤੇ ਸੁੱਤਾ ਮੈਂ ਤਾਂ ਜਾਗਦਾ ਸੀਗਾ, ਸੋਰੀ, ਸ਼ਾਮਾਂ ਪਈਆਂ ਹੋਈਆਂ ਸੀਗੀਆਂ ਹੁਣ। ਅਤੇ ਜੈਬੂ ਮੇਰਾ ਪੁੱਤ ਉੱਠ ਗਿਆ ਸੀਗਾ ਅਤੇ ਉੱਠ ਕੇ ਰੋਣ ਲੱਗਾ ਹੋਇਆ ਸੀ। ਦੁੱਧ ਤਾਂ ਖਤਮ ਹੋ ਗਿਆ ਸੀ ਐਕਚੁਅਲੀ, ਅਤੇ ਮੈਂ ਕੀ ਕੀਤਾ, ਜੂਸ ਸੀਗਾ ਪਿਆ ਹੋਇਆ, ਮੈਂ ਜੂਸ ਬਣਾ ਕੇ ਜੂਸ ਪਾ ਦਿੱਤਾ ਇਹਨੂੰ, ਜੂਸ ਪੀਣ ਲੱਗੀ ਹੋਈ ਆਪਣੀ ਦੁੱਧ ਵਾਲੀ ਬੋਤਲ ਦੇ ਵਿੱਚ ਪਾ ਕੇ। ਮੈਡਮ ਸਾਡੀ ਆਹ ਦੇਖਿਓ ਜ਼ਰਾ, ਬਹੁਤ ਰੋਣ ਲੱਗੀ ਹੋਈ ਸੀਗੀ, ਹੁਣ ਅੱਜ ਤਾਂ ਬਹੁਤ ਜ਼ਿਆਦਾ ਹੋਰ ਤਰ੍ਹਾਂ ਕਰਨ ਲੱਗੀ ਹੋਈ ਸੀਗੀ, ਮਤਲਬ ਬਹੁਤ ਜ਼ਿਆਦਾ ਮਤਲਬ ਮਿਸ ਕਰਦੀ ਪਈ ਹੈ ਫਿਰ ਉਹਨਾਂ ਨੂੰ, ਜੇ ਫਿਰ ਉਹਨਾਂ ਨੂੰ ਮਿਲੀ ਜਦੋਂ ਨਾ, ਉਸ ਤੋਂ ਬਾਅਦ ਬਹੁਤ ਜ਼ਿਆਦਾ ਹੋਰ ਤਰ੍ਹਾਂ ਲਾਪੀ ਕਰਨ, ਬਹੁਤ ਜ਼ਿਆਦਾ ਮਤਲਬ ਅੱਜ ਕੀਤਾ ਇਹਨੇ ਫੀਲ ਕੀਤਾ ਕਿ ਮਾਫੀ ਵੀ ਮੰਮੀ, ਅਗਲੀ ਦੀ ਮੰਮੀ ਕੋਲ ਰਹਿੰਦੀ ਹੁੰਦੀ ਸੀ ਜ਼ਿਆਦਾ ਟਾਈਮ, ਹੈਨਾ, ਮੈਂ ਵੀ ਚੱਲ ਨਾਲ ਹੀ ਰਹਿੰਦਾ 24 ਘੰਟੇ, ਮੈਂ ਵੀ ਉਹਨੇ ਬੈਰ ਕੀਤਾ ਸ਼ਾਇਦ ਤਾਂ ਕਰਕੇ ਰਹਿ ਗਈ ਮੇਰੇ ਕੋਲ, ਉਹਨੇ ਮਿਸ ਬਹੁਤ ਕੀਤਾ ਇਹਨੇ ਅੱਜ, ਮੈਨੂੰ ਫੀਲ ਹੁੰਦਾ ਪਿਆ ਸੀ ਇੱਦਾਂ, ਬਾਕੀ ਫਿਰ ਉਹਨਾਂ ਨੇ ਵੀ ਬਹੁਤ ਹੌਸਲਾ ਦਿੱਤਾ, ਮੈਂ ਕੋਈ ਗੱਲ ਨਹੀਂ ਕਿਹਾ ਸਭ ਠੀਕ ਹੋ ਜਾਣਾ ਆ। ਬਾਕੀ ਜਿਹੜੀ ਇਹ ਤੁਹਾਨੂੰ ਦੱਸਿਆ ਨਾ, ਦੂਜੀ ਇੱਕ ਹੋਰ ਕੰਪਲੀਕੇਸ਼ਨ ਹੋ ਗਈ ਸੀ ਤੁਹਾਨੂੰ ਦੱਸਿਆ, ਕੋਈ ਗੱਲ ਨਹੀਂ, ਫਿਰ ਸ਼ੇਅਰ ਕਰੂੰਗੀ ਤੁਹਾਡੇ ਨਾਲ, ਠੀਕ ਆ? ਜੋ ਵੀ ਗੱਲ ਹੈਗੀ ਆ ਫਿਰ ਉਹਨਾਂ ਖੁਦ ਦੱਸੂਗੀ, ਹੁਣ ਜੇ ਛੁੱਟੀ ਮਿਲਦੀ ਉਹਨੂੰ ਲੀਵ ਮਿਲਦੀ ਆ। ਬਾਕੀ ਮੈਂ ਕੋਸ਼ਿਸ਼ ਕਰਾਂਦਾ, ਕਿਉਂਕਿ ਉਹਦਾ ਦਿਲ ਨਹੀਂ ਲੱਗਣ ਡਿਆ ਬਿਲਕੁਲ ਵੀ ਨਹੀਂ, ਉਹਦਾ ਦਿਲ ਲੱਗਦਾ ਪਿਆ, ਬਹੁਤ ਜ਼ਿਆਦਾ ਮਿਸ ਕਰਦੀ ਪਈ ਹੈ ਵਿਚਾਰੀ, ਫੋਨ ਵੀ ਕੀਤਾ ਸੀ ਫੋਨ ਕਰਕੇ, ਮੈਨੂੰ ਰੋਣ ਲੱਗ ਗਈ, ਕਹਿੰਦੀ ਮੇਰਾ ਦਿਲ ਨਹੀਂ ਲੱਗਦਾ ਪਿਆ, ਕਹਿੰਦੀ ਇੱਥੇ, ਕਹਿੰਦੀ ਜੈਬੂ ਜੀ ਮੈਨੂੰ ਬਹੁਤ ਜ਼ਿਆਦਾ ਯਾਦ ਆਉਂਦੀ ਪਈ ਹੈ, ਵੀ ਤੁਸੀਂ ਕਿੱਦਾਂ ਮਤਲਬ ਮੈਂ ਤੋਂ ਦੂਰ ਰੱਖਿਆ ਹੋਇਆ, ਕਹਿੰਦੀ ਮੈਨੂੰ ਮੇਰੇ ਕੋਲ ਲੈ ਕੇ ਆ ਜਾਓ, ਕਹਿੰਦੀ ਮੈਨੂੰ ਮੈਨੂੰ ਲੈ ਕੇ ਜਾਓ, ਕਹਿੰਦੀ ਇੱਥੋਂ ਜਾ ਫਿਰ, ਕਹਿੰਦੀ ਜੀ ਮੈਨੂੰ ਦੁਬਾਰਾ ਬਹਾਵ, ਕਹਿੰਦੀ ਹੁਣ ਮੈਂ ਠੀਕ ਆ, ਕਹਿੰਦੀ ਰੁਕ ਗਿਆ ਬਲੱਡ, ਕਹਿੰਦੀ ਪਰ ਕਹਿੰਦੀ ਜੀ ਮੈਨੂੰ ਫਿਰ ਦੁਬਾਰਾ ਹੋਇਆ, ਕਹਿੰਦੀ ਕੋਈ ਗੱਲ ਨਹੀਂ ਮੈਂ ਦੁਬਾਰਾ ਆ ਜਾਊਗੀ, ਕਹਿੰਦੀ ਪਰ ਮੈਨੂੰ ਘਰ ਲੈ ਕੇ ਜਾਓ ਜਿੱਦਾਂ ਮਰਜ਼ੀ। ਮੈਂ ਕੋਈ ਗੱਲ ਨਹੀਂ, ਮੈਂ ਕਰਦਾ ਗੱਲ ਲਾ ਕੇ ਡਾਕਟਰ ਦੇ ਨਾਲ ਪੁੱਛ ਕੇ ਦੇਖਦਾ ਇੱਕ ਵਾਰੀ, ਹੈ ਨਾ, ਪਹਿਲਾਂ ਮੈਂ ਕਹਿੰਦਾ ਨਾਲੇ ਘਰਦੇ ਵੀ ਆਉਂਦੇ ਪਏ, ਮੈਂ ਘਰਦਿਆਂ ਨੂੰ ਲਿਆ ਵਾਂ ਜਾ ਕੇ, ਫਿਰ ਮੈਂ ਡਾਕਟਰ ਨਾਲ ਵੀ ਗੱਲ ਕਰਦਾ ਕਿ ਉਸ ਹਿਸਾਬ ਨਾਲ ਦੇਖਦੇ ਕੀ ਹੁੰਦਾ ਕੀ ਨਹੀਂ ਹੁੰਦਾ, ਹੈ ਨਾ, ਜੇ ਲੀਵ ਮਿਲਦੀ ਹੋਈ ਕੋਸ਼ਿਸ਼ ਕਰੂੰਗਾ, ਜਿੱਦਾਂ ਵੀ ਹੁੰਦੀ ਹੋਈ ਟਰਾਈ ਕਰਦਾ ਪੂਰੀ ਆਪਣੇ ਵੱਲੋਂ। ਓਏ ਹੋਏ ਪੁੱਤ ਕੀ ਹੋ ਗਿਆ ਤੁਹਾਨੂੰ, ਮੈਨੂੰ ਖੁਦ ਰੱਜ ਕੇ ਵੀ ਏਦਾਂ ਕਰਦੇ ਪਈ ਆ ਇਹ, ਮੈਂ ਕੋਸ਼ਿਸ਼ ਕਰਦਾ ਵਿਚਾਰੀ ਨੂੰ, ਉਹਦੀ ਵੀ ਲੋੜ ਆ ਨਾ, ਤਾਂ ਕਰਕੇ ਮੈਂ ਵੇਟ ਕਰਦਾ ਉਹਨੂੰ, ਵਿਚਾਰੀ ਵੇਟ ਕਰਦੀ ਪਈ ਕਦੋਂ ਆਊਂਗੀ, ਹੈ ਨਾ। ਹੁਣ ਕੋਈ ਗੱਲ ਨਹੀਂ, ਮੈਂ ਪੂਰੀ ਕੋਸ਼ਿਸ਼ ਕਰਦਾ ਆਪਣੀ, ਜਲਦੀ ਤੋਂ ਜਲਦੀ ਲੈ ਕੇ ਆਵਾਂ ਉਹਨੂੰ ਘਰੇ, ਕੋਈ ਚੱਲ ਜੇ ਉਹ ਲੋੜ ਪਈ ਦੁਬਾਰਾ ਜਾਣਾ ਤਾਂ ਪੈਣਾ ਹੀ ਹੈ ਨਾ, ਪਰ ਕੋਈ ਗੱਲ ਨਹੀਂ ਘਰ ਤਾਂ ਲੈ ਕੇ ਆਮ ਵਿਚਾਰੀ ਨੂੰ, ਉਹਦਾ ਵੀ ਨਹੀਂ ਦਿਲ ਲੱਗਣ ਡਿਆ, ਬਹੁਤ ਮਿਸ ਕਰਦੀ ਪਈ ਆ, ਵੀਡੀਓ ਕਾਲ ਤੇ ਹੋਰ ਤਰ੍ਹਾਂ ਲੱਗੀ ਹੋਈ ਸੀ ਵਿਚਾਰੀ ਕੰਮ। ਚਲੋ ਕੋਈ ਗੱਲ ਨਹੀਂ, ਹੁਣ ਮੈਂ ਜਾ ਰਿਹਾ ਹਾਂ। ਮਿਸ ਕੀਤਾ ਹੈ ਉਹਨੂੰ ਰਾਤੀ ਲੱਗੀ ਫਿਰ ਕੰਮ ਕਰ ਚੱਲੀ ਮੇਰੇ ਪੁੱਤ ਨਹੀਂ ਨਾ ਚਾਹ ਸੀ ਚੱਲ ਆ ਜਾ ਚੱਲ ਹਾਂ ਕੀ ਹੋਇਆ ਕੀ ਹੋਇਆ ਮੈਂ ਤੇ ਬਦਲੀ ਪਾਪਾ ਨੂੰ ਕੀ ਹੋਇਆ ਕੱਪੜੇ ਤੇ ਥੱਲੇ ਪਾ ਦਿਓ ਇੱਕ ਹੋਰ ਅਤੇ ਜੁਰਾਬਾਂ ਤੁਸੀਂ ਕੱਲ੍ਹ ਵੀ ਨਹੀਂ ਪਾਈਆਂ ਉਹਦੇ
ਤੇ ਹੁਣ ਹੱਸਦੇ ਚਿਹਰੇ ਦੇਖ ਕੇ ਨਾ ਦੋਨਾਂ ਦੇ ਨਾ ਮੇਰੇ ਦਿਲ ਨੂੰ ਤਾਂ ਇੰਨਾ ਸਕੂਨ ਮਿਲਦਾ ਪਿਆ ਨਾ। ਇੱਕ ਤਾਂ ਨਾ ਮੈਂ ਦੇਖਿਆ ਯਾਰ ਇਹ ਸਾਡੀ ਕੁੜੀ ਨੂੰ ਨਾ ਚੀਜ਼ਾਂ ਚੱਕ ਚੱਕ ਕੇ ਮਾਰਨ ਦਾ ਪਤਾ ਨੀ ਕੀ ਇਹਨੂੰ ਆਦਤ ਪਈ ਹੋਈ ਆ, ਚੀਜ਼ਾਂ ਚੱਕ ਚੱਕ ਕੇ ਮਾਰਦੀ ਰਹਿੰਦੀ ਆ ਪਾਗਲ ਜੀ। ਦੇਖੋ ਨਾ ਸਹੀ, ਹੁਣ ਕਹਿ ਰਹੀ ਆ ਕਿ ਮੈਨੂੰ ਫੜਾ ਦਿਓ, ਮੈਂ ਚੀਜ਼ਾਂ ਚੱਕ ਚੱਕ ਮਾਰਨੀ ਆ, ਕਦੀ ਸਿਰਹਾਣੇ ਚੱਕ ਕੇ ਮਾਰੂਗੀ, ਕਦੀ ਕੋਈ ਚੀਜ਼ ਚੱਕ ਕੇ ਮਾਰੂਗੀ, ਪਤਾ ਨੀ ਕੀ ਮਜ਼ਾ ਆਉਂਦਾ ਇਹਨੂੰ। ਕਿਉਂ ਨਾ ਪੁੱਠੀਆਂ ਆਦਤਾਂ ਮੈਂ ਦੇਖਿਆ ਜੇ ਕੁੜੀ ਦੀ ਸਾਡੀ ਜੀ, ਹਰੇਕ ਚੀਜ਼ ਪੁੱਠੀ ਕਰਕੇ ਖੁਸ਼ੀ ਮਿਲਦੀ, ਬੱਚੇ ਹੁੰਦੇ ਇੱਦਾਂ ਦੇ ਕਹਿ ਵੀ ਕੀ ਸਕਦੇ ਆ। ਤੇ ਨਾਲੇ ਹਾਂਜੀ ਤੁਹਾਡੇ ਸਾਰਿਆਂ ਦੇ ਫਿਰ ਉਹਨਾਂ ਨਾ ਕੁਐਸਚਨ ਆ ਰਹੇ ਸੀਗੇ ਇਹ ਕਿ ਦੀਦੀ ਨੂੰ ਕੀ ਹੋਇਆ, ਦੀਦੀ ਨੂੰ ਕੀ ਹੋਇਆ। ਸੋਰੀ ਮੈਂ ਇੰਸਟਾਗ੍ਰਾਮ 'ਤੇ ਵੀ ਨਹੀਂ ਦੱਸ ਸਕਦਾ ਸੀਗਾ ਕਿਉਂਕਿ ਗੱਲ ਬਹੁਤ ਲੰਬੀ ਸੀਗੀ, ਠੀਕ ਆ। ਉੱਥੇ ਸਿਰਫ ਆਪਾਂ 60 ਸੈਕਿੰਡ ਦੀ ਵੀਡੀਓ ਪਾ ਸਕਦੇ ਹਾਂ ਅਤੇ ਸ਼ੋਰਟਸ 'ਚ ਵੀ 60 ਸੈਕਿੰਡ ਦੀ ਵੀਡੀਓ ਪਾ ਸਕਦੇ ਹਾਂ। ਤੁਹਾਨੂੰ ਉੱਦਾਂ ਦੱਸਿਆ ਸੀਗਾ, ਇੰਨਾ ਮੈਨੂੰ ਪਤਾ ਵੀ ਨਹੀਂ ਹੈਗਾ, ਉਦੋਂ ਬਾਅਦ 'ਚ ਪਤਾ ਲੱਗਿਆ ਸੀ ਸਾਰਾ ਕੁਛ ਕੀ ਗੱਲ ਹੋਈ ਕੀ ਗੱਲ ਨਹੀਂ ਹੋਈ, ਹੈ ਨਾ, ਜੋ ਪਹਿਲੇ ਬਲੌਗ ਤੋਂ ਜਿਹੜਾ ਪਾਇਆ ਸੀ ਉਸ ਤੋਂ ਬਾਅਦ। ਤੇ ਅੱਜ ਜਿਹੜੀ ਹੈਗੀ ਆ ਡਾਕਟਰ ਨੇ ਦੁਬਾਰਾ ਬੁਲਾਇਆ ਸੀ, ਲਾਸਟ ਸਕੈਨ ਹੋਣੀ ਸੀਗੀ ਸਾਡੀ, ਉਦਾਂ ਮੈਂ ਬਿਲਕੁਲ ਠੀਕ ਆ ਹਾਂ ਨਾ, ਪਰ ਬੇਬੀ ਡਾਕਟਰ ਕਹਿੰਦੇ ਸੀ ਕਿ ਇਹ ਸਕੈਨ ਜ਼ਰੂਰੀ ਆ, ਇਸ ਤੋਂ ਬਾਅਦ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਦਾਂਗੇ ਕਿ ਇਹਦੀ ਦਵਾਈ ਚੱਲਣੀ ਕਿੱਦਾਂ ਚੱਲਣੀ, ਕੀ ਨਹੀਂ ਹੋਣਾ, ਜਾਂ ਪ੍ਰੋਬਲਮ ਹੈਗੀ ਕਿ ਨਹੀਂ ਹੈਗੀ, ਪ੍ਰੋਬਲਮ ਹੈਗੀ ਕਿ ਨਹੀਂ ਹੈਗੀ, ਮਤਲਬ ਹੋ ਸਕਦਾ ਕਿ ਦੁਬਾਰਾ ਹਸਪਟਲਾਈਜ਼ ਕਰਨਾ ਪਰ ਰੱਬ ਅੱਗੇ ਇਹ ਅਰਦਾਸ ਕਰਨੀ, ਪਹਿਲਾਂ ਗੁਰਦੁਆਰੇ ਕਰਕੇ ਮੱਥਾ ਟੇਕਣ ਚੱਲੇ ਆ ਵੀ ਇੱਦਾਂ ਕੁਛ ਨਾ ਹੋਵੇ, ਹੈ ਨਾ, ਵੀ ਪਰਮਾਤਮਾ ਸਾਡੇ ਨਾਲ ਹੀ ਰਹੇ, ਹੈ ਨਾ। ਅਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ, ਪਹਿਲਾਂ ਆਪਾਂ ਮੱਥਾ ਟੇਕ ਕੇ ਆਈਏ ਅਤੇ ਜਾ ਕੇ ਸਕੈਨਿੰਗ ਕਰਵਾ ਕੇ ਆਈਏ, ਉਹਦੀ ਰਿਪੋਰਟ ਤਾਂ ਸ਼ਾਇਦ ਆਪਾਂ ਨੂੰ ਵਟਸਐਪ 'ਤੇ ਮਿਲ ਜਾਣੀ, ਹੈ ਨਾ, ਅਤੇ ਪਤਾ ਸਾਡੇ ਉਹਨਾਂ ਨੇ ਫੋਨ ਕਰਕੇ ਦੱਸ ਦੇਣਾ ਕੋ ਜੋ ਕੁਛ ਵੀ ਹੋਇਆ, ਜੇ ਲੋੜ ਪਈ ਤਾਂ ਆਪਾਂ ਨੂੰ ਬੁਲਾ ਲੈਣਾ ਉਹਨਾਂ ਨੇ, ਸਾਡੇ ਲੱਗ ਗਈ ਆ ਹੋਸਪਿਟਲ। ਸੋ ਸਭ ਤੋਂ ਪਹਿਲਾਂ ਆਪਾਂ ਮੱਥਾ ਟੇਕਣ ਚੱਲਦੇ ਹਾਂ, ਹੈ ਨਾ, ਫਿਰ ਹੁਣ ਅਤੇ ਮੱਥਾ ਟੇਕ ਕੇ ਫਿਰ ਆਪਾਂ ਚੱਲਦੇ ਹਾਂ ਉੱਥੇ। ਮੈਂ ਖਾਧਾ ਪੀਤਾ ਵੀ ਨਹੀਂ ਕੁਛ ਹੋਇਆ ਕਿਉਂਕਿ ਆਪਾਂ ਸਵੇਰੇ ਸੁੱਤੇ, ਬਹੁਤ ਲੇਟ ਸੀ, ਸਾਰੀ ਰਾਤ ਆਪਾਂ ਆਹੀ ਗੱਲਾਂ ਬਾਤਾਂ ਕਰਦੇ ਰਹੇ, ਟੈਨਸ਼ਨ ਜੀ ਸੀਗੀ, ਫਿਰ ਵੀ ਤੁਹਾਨੂੰ ਸਮਝ ਸਕਦੇ ਨਾ ਗੱਲ ਨੂੰ, ਆਪਾਂ ਕਿਹਾ ਚੱਲ ਕੱਲ੍ਹ ਨੂੰ ਆਪਣੀ ਸਕੈਨਿੰਗ ਆ, ਸਭ ਕੁਛ ਵਧੀਆ ਹੋਵੇ, ਰੱਬ ਸਭ ਕੁਛ ਠੀਕ ਕਰੇ, ਸਾਰੀ ਰਾਤ ਆਹੀ ਸੋਚਦੇ ਰਹੇ, ਗੱਲਾਂ ਬਾਤਾਂ ਕਰਦੇ ਰਹੇ, ਆਪਾਂ ਸੁੱਤੇ ਵੀ ਸਵੇਰੇ ਬਹੁਤ ਲੇਟ ਸੀ 7 ਵਜੇ, ਆਹ ਵੀ ਸਾਡੇ ਨਾਲ ਹੀ ਜਾਗਦੀ ਰਹੀ, ਹੋਰ ਕਿਆ, 3:30 ਅਤੇ ਹੁਣ ਆਪਾਂ ਚੱਲੇ ਹਾਂ, ਚੱਲੀਏ ਜਲਦੀ ਜਲਦੀ, ਮੱਥਾ ਟੇਕੀਏ, ਮੱਥਾ ਟੇਕ ਕੇ ਚੱਲੀਏ ਜਲਦੀ ਜਲਦੀ, ਸਕੈਨਿੰਗ ਕਰਵਾ ਕੇ ਆਈਏ, ਫਿਰ ਤੁਹਾਨੂੰ ਆਪਾਂ ਸਾਰਾ ਸ਼ੇਅਰ ਕਰਦੇ ਹਾਂ ਕੀ ਗੱਲ ਹੋਈ ਸੀ ਕੀ ਨਹੀਂ। ਚਲੋ ਕੋਈ ਗੱਲ ਨਹੀਂ, ਮੈਂ ਚੱਕਦਾ, ਚਲੋ ਆਪਾਂ ਚੱਲੀਏ। ਆਇਓ ਦੇਖਿਆ ਸਹੀ, ਆਪਾਂ ਹਸਪੀਟਲ ਪਹੁੰਚੇ ਆ ਤੇ ਰੋਣ ਲੱਗ ਗਏ ਜੀ, ਸਾਡਾ ਨੋਣਾ ਕਾਕਾ ਨੀਨੀ ਆਈਆਂ ਹੋਈਆਂ ਨਾ, ਕੋਈ ਗੱਲ ਨਹੀਂ, ਮੈਂ ਚੱਕ ਕੇ ਇਹਨੂੰ ਸੁਲਾਣਾ, ਤੁਸੀਂ ਸਕੈਨਿੰਗ ਕਰਾ ਲਿਓ, ਠੀਕ ਆ। ਪੁੱਤ ਮੰਮਾ ਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ, ਮੈਂ ਤਾਂ ਉੱਦਾਂ ਵੀ ਤੁਹਾਨੂੰ ਸਲਾਹ ਹੀ ਲੈਂਦਾ, ਪੁੱਤ ਚੱਕ ਕੇ ਰਾਤ ਨੂੰ ਪਾਪਾ ਕੋਲ ਸੌਂਦੇ ਹੁੰਦੇ ਆ, ਕੋਈ ਗੱਲ ਨਹੀਂ, ਮੈਂ ਸਲਾਹ ਲੈਣਾ ਤੁਹਾਨੂੰ, ਆ ਜਾਓ ਚਲ ਪਾਪਾ, ਚਲੋ ਆ ਜਾਓ, ਪਾਪਾ ਕੋਲ ਸੌਂਦੇ, ਉੱਦਾਂ ਵੀ ਰਾਤ ਨੂੰ ਜੱਫੀ ਪਾ ਗਈ ਉੱਤੇ ਪਾਪਾ ਨੂੰ, ਰਾਤ ਨੂੰ ਤਾਂ ਪਾਪਾ ਕੋਲ ਸੌਂਦੀ ਨੀ ਜੱਫੀ ਪਾ ਕੇ, ਰੋਜ਼ ਸੌਂਦੀ ਆ ਪਾਪਾ ਨੂੰ ਜੱਫੀ ਪਾ ਕੇ, ਮੰਮੀ ਤਾਂ ਭੁੱਲ ਚੁੱਕੀ ਆ ਹੁਣ, ਜਦੋਂ ਦੀ ਹੋਸਪਿਟਲ ਗਈ ਆ ਇਹਨੂੰ ਪਤਾ ਕੀ ਲੱਗਾ, ਮੇਰੇ ਪਾਪਾ ਨੇ ਮੇਰਾ ਖਿਆਲ ਰੱਖਿਆ, ਇਹਨੂੰ ਇਹ ਪਤਾ ਲੱਗ ਗਿਆ, ਮੈਂ ਸਿਆਣੀ ਬਹੁਤ ਗੱਲ ਕਰੀ ਹੈ ਨਾ, ਇਹ ਸਮਝ ਹੀ ਬਹੁਤ ਆ, ਬਹੁਤ ਛੇਤੀ ਲੈਂਦੀ, ਕੋਈ ਨਾ ਕੋਈ ਤਾਂ ਗੱਲ ਹੈਗੀ, ਆਰਾਮ ਨਾਲ ਉੱਥੇ ਬੈਠੀ ਸੀ, ਪਤਾ ਨੀ ਕੀ ਪਾ ਕੇ ਕਿਵੇਂ ਤਾਂ ਦਿਲ ਚ ਕੀ ਗੱਲ ਆਈ ਹੋਈ ਕੀ, ਉਸ ਤੋਂ ਬਾਅਦ ਮੇਨੇ ਸੌਣ ਲੱਗ ਗਈ, ਆਰਾਮ ਨਾਲ ਸੌ ਜਾਂਦੀ, ਪ੍ਰਤੀ 1% ਵੀ ਮੈਨੂੰ ਤੰਗ ਨਹੀਂ ਕੀਤਾ ਇਹਨੇ, ਫੋਨ ਦੇਖਦੀ ਪਈ ਸੀ, ਲੰਮੀ ਪਾਈ ਉੱਤੇ, ਚੁੱਪ ਕਰਕੇ ਲੰਮੀ ਪੈ ਗਈ, ਨਾਲ ਹੀ ਸੌ ਗਈ, ਉਹ ਤੁਹਾਨੂੰ ਪਤਾ ਹੀ ਹੈ ਹੀ ਇੱਦਾਂ ਦੀ ਹੈ। ਚਲੋ ਕੋਈ ਗੱਲ ਨੀ, ਆਓ ਚੱਲੀਏ ਆਪਾਂ ਅੰਦਰ, ਛੇਤੀ ਛੇਤੀ ਸਕੈਨਿੰਗ ਕਰਵਾ ਕੇ ਤੇ ਫੇਰ ਦੱਸੀਏ ਤੁਹਾਨੂੰ, ਜਦੋਂ ਐਡਮਿਟ ਵੀ ਸੀ ਨਾ, ਇਹਨੂੰ ਮੈਂ ਇੱਦਾਂ ਲੈ ਕੇ ਆਉਂਦਾ ਹੁੰਦਾ ਸੀ ਬਿਠਾ ਕੇ,
ਏਦੇ ਲੈ ਕੇ ਜਾਣਾ, ਏਦੇ ਬਿਠਾ ਕੇ ਸਵਾ, ਇਹਨੇ ਸੌ ਜਾਣਾ ਮੇਰੇ ਕੋਲ ਏਦੇ ਗੋਦੀ ਚ ਪਈ ਪਈ ਨੇ ਤੇ ਸਾਡੀ ਸਕੈਨਿੰਗ ਹੋ ਗਈ ਆ। ਹਾਂ ਸਕੈਨਿੰਗ ਕਰਵਾ ਲਈ। ਹਾਂਜੀ ਤੇ ਉਹਨਾਂ ਨੇ ਮੈਨੂੰ ਕੁਝ ਬਲੱਡ ਟੈਸਟ ਦੱਸੇ ਆ ਮੈਨੂੰ ਤੇ ਆਪਾਂ ਬਲੱਡ ਟੈਸਟ ਕਰਾਉਣ ਚੱਲੇ ਆ ਤੇ ਬਾਕੀ ਗੱਲ ਜੋ ਵੀ ਉਹਨਾਂ ਨੇ ਤੁਹਾਨੂੰ ਦੱਸਿਓ ਘਰੇ ਜਾ ਕੇ ਦੱਸਦੇ ਆ ਕਿਉਂਕਿ ਸਾਰਾ ਤੁਹਾਨੂੰ ਪਹਿਲਾਂ ਵੀ ਦੱਸਣਾ ਕੀ ਪ੍ਰੋਬਲਮ ਹੋਈ ਸੀ ਕੀ ਨਹੀਂ ਹੋਈ ਸੀ। ਹਾਂ ਸਾਰਾ ਕੁਝ ਇਕੱਠਾ ਦੱਸਾਂਗੇ ਆਪਾਂ, ਇਕੱਠਾ ਦੱਸਦੇ ਆ। ਇੱਕ ਵਾਰੀ ਬਣ ਜਾ ਆਪਾਂ ਟੈਸਟ ਵੀ ਕਰਵਾ ਲਈਏ, ਟੈਸਟ ਨਾਲ ਕੋਈ ਪ੍ਰੋਬਲਮ ਹੋਵੇ ਬਸ। ਗੁਰਦੁਆਰੇ ਆਪਾਂ ਜਾਏ ਸੀ, ਮੱਥਾ ਵੀ ਟੇਕ ਲਿਆ ਤੇ ਘਰੇ ਆ ਕੇ ਹੁਣ ਆਪਾਂ ਖਾਂਦੇ ਪਏ ਆ ਵਾਟਰਮੈਲਨ। ਟੇਸਟੀ ਆ, ਉਹ ਠੰਡਾ ਠੰਡਾ ਆ। ਜੈਵੂ ਬਹਿ ਕੇ ਖਾਓ ਪੁੱਤ, ਬਹਿ ਕੇ ਖਾ ਲਓ, ਬਹਿ ਕੇ ਖਾ ਲਓ, ਚਲੋ ਬਹਿ ਕੇ ਖਾਈਏ। ਗਰਮੀਆਂ ਦਾ ਪਹਿਲਾ ਵਾਟਰਮੈਲਨ ਖਾਂਦੇ ਪਏ ਆ ਹਦਵਾਣਾ, ਹਨਾ ਜੈਵੂ? ਉਹ ਟੇਸਟੀ ਟੇਸਟੀ ਜੈਵੂ ਨੂੰ ਪਸੰਦ ਆਇਆ। ਜੈਵੂ ਨੂੰ ਲੇਕਿਨ ਮੈਂ ਬੀ ਵਾਲਾ ਨਹੀਂ ਦੇਣਾ ਕਿਉਂਕਿ ਬੱਚਿਆਂ ਤੋਂ ਇੱਥੋਂ ਖਾ ਨਹੀਂ ਹੋਣਾ, ਹੋਣਾ ਬੀ ਅੰਦਰ ਨਗਾਈ ਚੱਲੇ। ਲੈ ਲਓ, ਚਲੋ ਗੁੱਡ ਗਰਲ। ਹਾਂਜੀ ਕਿਵੇਂ ਹੋ ਤੁਸੀਂ ਸਾਰੇ ਜਾਣੇ? ਫਿਰ ਅੱਜ ਆਪਾਂ ਫਿਰ ਕਿੰਨੇ ਦਿਨ ਬਾਅਦ ਸ਼ੂਟ ਕਰ ਰਹੇ ਹਾਂ ਵਲੌਗ? ਇੱਕ ਹਫਤੇ ਬਾਅਦ। ਹਾਂਜੀ ਰਿਪੋਰਟਸ ਆ ਰਹੀਆਂ ਸੀ ਸਾਡੀ, ਸਕੈਨ ਹੋ ਗਈ ਸੀ। ਸਕੈਨ ਤਾਂ ਬਾਬੇ ਦੀ ਮੀਆਂ ਨੇ ਠੀਕ ਆਈ ਸੀਗੀ, ਠੀਕ ਸੀ, ਠੀਕ ਆ। ਬਸ ਸਾਨੂੰ ਉਹਦਾ ਸਭ ਤੋਂ ਵੱਧ ਡਰ ਸੀਗਾ, ਉਹ ਸਕੈਨ ਠੀਕ ਆ ਗਈ ਸੀਗੀ ਤੇ ਰਿਪੋਰਟ ਸੀ ਉਹ ਵੀ ਠੀਕ ਆ ਗਈਆਂ ਸੀ। ਹਾਂਜੀ ਵਧੀਆ ਸੀ ਜਿੰਨੀ ਵੀ। ਬਾਕੀ ਤੁਹਾਨੂੰ ਕਿਹਾ ਸੀ ਆਪਾਂ ਦੱਸਾਂਗੇ ਸਾਰੀ ਪ੍ਰੋਬਲਮ ਕੀ ਸੀ। ਮੇਨ ਪ੍ਰੋਬਲਮ ਮੇਰੇ ਨਾਲ ਇਹ ਹੋਈ ਸੀ ਕਿ ਜਿਹੜੀ ਪਰਸੈਂਟਾ ਸੀ ਉਹ ਲੋਅ ਲਾਈਨ ਸੀ, ਉੱਤੇ ਹੋਣਾ ਚਾਹੀਦਾ ਸੀ ਲੇਕਿਨ ਉਹ ਲੋਅ ਲਾਈਨ ਸੀ। ਨੈਚੁਰਲੀ ਇਹ ਹੁੰਦਾ ਆ, ਮਤਲਬ ਕਿ ਮੈਨੂੰ ਪਤਾ ਨਹੀਂ ਸੀ ਜਦੋਂ ਇੱਦਾਂ ਹੋਇਆ ਅਚਾਨਕ ਬਲੀਡਿੰਗ ਸਟਾਰਟ ਹੋਈ, ਇਹ ਸਭ ਕੁਛ ਹੋਇਆ ਤੇ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਕਿਉਂਕਿ 3 ਮਹੀਨੇ ਹਜੇ ਕੰਪਲੀਟ ਨਹੀਂ ਹੋਏ ਸੀ, ਹੁਣ ਹੋਇਆ ਜਾ ਕੇ। ਅਤੇ ਉਦੋਂ ਮੈਨੂੰ ਇਹ ਹੋਇਆ ਸੀ ਜਿੱਦਾਂ ਹੁੰਦਾ ਕਿ ਆਪਣੇ ਆਪ ਨੂੰ ਹਾਏ ਕੀ ਹੋਊਗਾ, ਮਤਲਬ ਇਹ ਦਿਮਾਗ 'ਚ ਆਉਂਦਾ ਕਿ ਹੌਸਲਾ ਦਿੱਤਾ ਬਟ ਮੈਨੂੰ ਹੈ ਨੀ ਸੀ, ਮੈਂ ਕਿਹਾ ਨਹੀਂ ਕਿੱਦਾਂ, ਮਤਲਬ ਉਹ ਬਲੀਡਿੰਗ ਨੀ ਰੁਕਦੀ ਪਈ ਸੀ ਨਾ, ਤੇ ਫਿਰ ਇੱਕ ਦਿਨ ਵੀ ਨੀ ਰੁਕੀ, ਫਿਰ ਦੂਜੇ ਦਿਨ ਵੀ ਮੈਨੂੰ ਹਾਏ ਮੈਨੂੰ ਇਹ ਸੀ, ਮੈਂ ਕਿਹਾ ਰੁਕਦੀ ਨੀ ਪਈ ਬੱਚੇ ਨੂੰ ਕਿੱਦਾਂ ਹੋਊਗਾ, ਹਾਏ ਬਲੀਡਿੰਗ ਜਿੱਦਾਂ ਬਹੁਤ ਜ਼ਿਆਦਾ, ਮਤਲਬ ਦਿਮਾਗ 'ਚ ਪਤਾ ਨੀ ਕੀ ਕੁਛ ਚੱਲ ਸਕਦੇ ਆ, ਪਤਾ ਨੀ ਕੀ ਕੁਛ ਥੋਟਸ ਆ ਰਹੇ ਸੀਗੇ। ਫਿਰ ਥੋੜ੍ਹਾ ਟਾਈਮ ਲਾ ਕੇ ਉਹਨਾਂ ਨੇ ਰੱਖਿਆ, ਜਦੋਂ ਠੀਕ ਹੋਈ ਬਲੀਡਿੰਗ, ਠੀਕ ਆ, ਘਰੇ ਲੈ ਕੇ ਆਉਂਦਾ, ਸਕੈਨ ਹੋਈ ਵੀ ਚਲੋ ਸਭ ਠੀਕ ਹੋ ਗਿਆ, ਬਟ ਇੱਕ ਹੋਰ ਪ੍ਰੋਬਲਮ ਸੀਗੀ ਅਲੱਗ, ਉਹ ਬਲੱਡ ਕਲੌਟ ਬਣਿਆ ਹੋਇਆ ਸੀ, ਠੀਕ ਆ, ਤੇ ਉਹ ਹਜੇ ਵੀ ਆ, ਹਜੇ ਵੀ ਆ, ਉਹ ਵਧਿਆ ਹੀ ਆ, ਵਧਿਆ, ਹਜੇ ਕਹਿੰਦੇ ਘਟਿਆ ਨਹੀਂ ਹੈਗਾ, ਬਟ ਉਹਦੇ ਨਾਲ ਵੀ ਇਹ ਚੀਜ਼ ਆ ਮੇਨ ਕਿ ਬਲੀਡਿੰਗ ਦੀ ਇਸ਼ੂ ਤਾਂ ਹੋ ਹੀ ਸਕਦਾ ਆ, ਨਾਲ ਬੱਚੇ ਨੂੰ ਨਿਊਟ੍ਰੀਸ਼ਨ ਦੀ ਪ੍ਰੋਬਲਮ ਹੋ ਸਕਦੀ ਆ, ਬੇਬੀ ਨੂੰ ਕਮਜ਼ੋਰੀ ਹੋ ਸਕਦੀ, ਮਾਂ ਨੂੰ ਵੀ ਜ਼ਿਆਦਾ ਪ੍ਰੋਬਲਮ ਹੋ ਸਕਦੀ ਆ, ਬਲੱਡ ਘੱਟ, ਬਲੱਡ ਦੀ ਬਹੁਤ ਪ੍ਰੋਬਲਮ ਹੋ ਸਕਦੀ ਜਦੋਂ ਡਿਲੀਵਰੀ ਹੋਣੀ ਹੈ ਨਾ। ਹਾਂ ਤੇ ਪਹਿਲਾਂ ਵੀ ਪ੍ਰੀਮੈਚਿਓਰ ਡਿਲੀਵਰੀ ਬਹੁਤ ਚਾਂਸ ਹੋ ਸਕਦੇ ਆ, ਕਾਫੀ ਜ਼ਿਆਦਾ ਚਾਂਸ ਹੋ ਸਕਦੇ ਆ। ਬਾਕੀ ਆਪਾਂ ਇਹ ਚਾਹੁੰਦੇ ਆ ਸਾਡਾ ਕਾਕਾ ਜਿੱਦਾਂ ਹੱਸਦਾ, ਜੈਵੂ ਹੱਸਦੀ ਆ, ਇੱਦਾਂ ਸਾਡਾ ਜਿਹੜਾ ਦੂਸਰਾ ਕਾਕਾ ਆਇਆ ਕਾਕੀ ਕੁਛ ਵੀ ਆਵੇ, ਹੈ ਨਾ, ਠੀਕ ਆ, ਬਸ ਦੋਨੇ ਬਿਲਕੁਲ ਦੋਨਾਂ 'ਚ ਕੁਛ ਵੀ ਹੋਵੇ ਠੀਕ ਹੋਵੇ ਬਿਲਕੁਲ ਹੀ। ਬਾਕੀ ਤੁਹਾਡੇ ਜਿਹਾ ਸਾਰਿਆਂ ਨੇ ਕਮੈਂਟਸ ਕੀਤੇ ਜੋ, ਹੈ ਨਾ, ਤੁਹਾਡੇ ਸਾਰਿਆਂ ਨੂੰ ਜੀ ਕਹਿੰਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ, ਥੈਂਕ ਯੂ, ਕਿਉਂਕਿ ਤੁਹਾਡੇ ਜਿਹੜੇ ਕਮੈਂਟਸ ਆ ਨਾ ਉਹਨਾਂ ਨੇ ਸਾਨੂੰ ਦੋਨਾਂ ਨੇ ਇੰਨਾ ਕੁ ਜ਼ਿਆਦਾ ਮਤਲਬ ਮੋਟੀਵੇਟ ਕਰਿਆ, ਕਿਉਂਕਿ ਮੈਨੂੰ ਤਾਂ ਕੁਛ ਵੀ ਨਹੀਂ ਪਤਾ ਸੀ ਨਾ ਸੈਮ ਨੂੰ ਪਤਾ ਸੀ, ਸੈਮ ਨੇ ਤਾਂ ਫਿਰ ਵੀ ਰਿਸਰਚ ਕਰ ਲਈ ਸੀ ਨਾ ਕਾਫੀ ਹੱਦ ਤੱਕ, ਜਦੋਂ ਮੈਂ ਘਰ ਆਈ ਆਪਾਂ ਕਾਫੀ ਦਿਨਾਂ ਤੱਕ, ਹੈ ਨਾ, ਜੈਵੂ ਨੂੰ ਨਾ ਟੀਵੀ ਦੀ ਪਈ ਹੋਈ ਆ ਲੋ, ਤੇ ਆਪਾਂ ਕਾਫੀ ਦਿਨਾਂ ਤੱਕ ਮਤਲਬ ਇੱਦੇ ਰਹੇ, ਇਹ ਵੀ ਮੈਂ ਤਾਂ ਫਿਰ ਵੀ ਮੋਟੀਵੇਟ ਕਰਦਾ ਹੁੰਦਾ ਸੀ, ਇਹ ਮੈਂ ਸਮਝਦੀ ਨਹੀਂ ਸੀ, ਫਿਰ ਵੀ ਹੁੰਦਾ ਹਨਾ, ਮੈਂ ਦਿਲ ਨੂੰ ਕਮਜ਼ੋਰ ਰੱਖੂਗੀ ਬਹੁਤ ਜ਼ਿਆਦਾ, ਦਿਲ ਤੋਂ ਬਹੁਤ ਜ਼ਿਆਦਾ ਵੀਕ ਆ,
ਫੇਰ ਮੇਰਾ ਖਿਆਲ ਰੱਖਿਆ ਥੋੜਾ ਜਿਹਾ, ਕੋਈ ਗੱਲ ਨਹੀਂ, ਮੈਂ ਕਿਹਾ ਠੀਕ ਹੋ ਤੁਸੀਂ ਬਿਲਕੁਲ, ਮੈਂ ਫਿਰ ਡਰ ਬਹੁਤ ਗਈ ਸੀ, ਮੈਨੂੰ ਲੱਗਾ ਨਹੀਂ ਉਹਨਾਂ ਨੇ ਜੇ ਕਹਿੰਦੇ ਫੇਰ ਜੇ ਫਿਰ, ਕਿਉਂਕਿ ਮੈਂ ਛੁੱਟੀ ਵੀ ਮਸੀ ਲਈ ਸੀ ਉਹਨਾਂ ਤੋਂ, ਛੁੱਟੀ ਨਹੀਂ ਦਿੰਦੇ ਸੀ, ਮੈਂ ਰੋਣ ਲੱਗ ਪਈ ਡਾਕਟਰ ਦੇ ਸਾਹਮਣੇ, ਮੈਂ ਕਿਹਾ ਨਹੀਂ, ਮੈਂ ਕਿਹਾ ਮੇਰੇ ਤੋਂ ਜੈਵਿਕਾ ਦੇ ਬਿਨਾਂ ਸੈਮ ਦਾ ਘਰੇ ਜਾਣਾ, ਮੈਂ ਜੈਵਿਕਾ ਬਿਨਾਂ, ਮੈਂ ਕਿਹਾ ਮੇਰੇ ਤੋਂ ਰਿਹਾ ਨਹੀਂ ਜਾਂਦਾ, ਮੈਂ ਕਦੇ ਰਹੀ ਵੀ ਨਹੀਂ ਹੈਗੀ, ਧੱਕੇ ਨਾਲ ਬੈਡ ਰੈਸਟ ਕੀਤੀ, ਮੈਨੂੰ ਇਹੀ ਸੀ ਮੈਂ ਕਿ ਹੁਣ ਬਲੀਡਿੰਗ ਨਾ ਹੋਵੇ, ਨਾ ਕਿ ਬਿਲਕੁਲ ਬਲੀਡਿੰਗ ਨਾ ਹੋਵੇ, ਮੈਨੂੰ ਇਹੀ ਡਰ, ਮੈਂ ਕਿਹਾ ਹਾਏ, ਮੇਰੇ ਇਹੀ ਦਿਮਾਗ 'ਚ ਚੱਲਦਾ ਰਹਿੰਦਾ ਹੁੰਦਾ ਸੀ, ਮੈਂ ਕਿਹਾ ਜੇ ਹੋਈ ਹੋਈ, ਹਾਏ ਮੈਂ ਕਿਹਾ ਮੈਂ ਫੇਰ ਚੱਲ ਜਾਣਾ, ਹਾਏ ਮੈਂ ਕਿਹਾ ਮੇਰੇ ਨਾਲ ਹੁੰਦਾ ਕੀ ਪਿਆ ਆ, ਹੈ ਨਾ, ਆਪਾਂ ਬਹੁਤ ਕਦੀ ਅੱਜ ਤੱਕ ਸੋਚਿਆ ਨਹੀਂ ਸੀ ਇੱਦਾਂ ਵੀ ਕਿਸੇ ਨਾਲ ਹੋਇਆ ਤਾਂ, ਸਾਡੇ ਤਾਂ ਕਿਸੇ ਨਾਲ ਹੋਇਆ ਨਹੀਂ ਸੀ ਇੱਦਾਂ, ਕਦੀ ਪਤਾ ਹੀ ਨਹੀਂ ਸੀ, ਤੁਹਾਡੇ ਸਾਰੇ ਜਣਿਆਂ ਦੇ ਕਮੈਂਟਸ ਆਪਣੇ ਦੱਸਿਆ, ਆਪਣੀ ਲਾਈਫ ਦੇ ਬਾਰੇ ਇੰਨਾ, ਹੈ ਨਾ, ਕਿ ਸਾਰਿਆਂ ਨੇ ਦੱਸਿਆ ਕਿ ਸਾਡੇ ਨਾਲ ਵੀ ਇੱਦਾਂ ਹੋਇਆ ਸੀ, ਕਿਸੇ ਨੇ ਕਿਹਾ ਮੇਰਾ ਥਰਡ ਮੰਥ, ਫੋਰਥ ਮੰਥ, ਫਿਫਥ ਮੰਥ, ਮੈਨੂੰ ਬਹੁਤ ਜ਼ਿਆਦਾ ਹੌਸਲਾ ਮਿਲਿਆ, ਬਹੁਤ ਜ਼ਿਆਦਾ ਕਿ ਮਤਲਬ ਕਿ ਤੁਸੀਂ ਸਾਰਿਆਂ ਨੇ ਦੱਸਿਆ ਕਿ ਹੁਣ ਬੇਬੀ ਸਾਡਾ ਠੀਕ ਆ, ਇੱਦਾਂ, ਹੈ ਨਾ, ਹੱਸਦੇ ਖੇਲਦੇ ਹਾਂ ਆਪਾਂ ਹੁਣ, ਕਿ ਤੁਸੀਂ ਟੈਨਸ਼ਨ ਨਾ ਕਰੋ, ਫਿਕਰ ਨਾ ਕਰੋ, ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਕਿਸੇ ਨੂੰ ਦੱਸਣਾ ਆਪਣੀ ਲਾਈਫ ਬਾਰੇ, ਨਾ ਉਹ ਵੀ ਨਹੀਂ, ਤੁਸੀਂ ਵੀ ਸਾਨੂੰ ਉਦੇ ਆਪਣੀ ਫੈਮਿਲੀ ਸਮਝ ਕੇ ਇੱਦਾਂ ਬਹੁਤ ਜ਼ਿਆਦਾ ਹੌਸਲਾ ਦਿੱਤਾ, ਕਾਫੀ ਸਾਰੇ ਕਮੈਂਟਸ ਆਏ, ਇੱਕ ਵੀ ਨਹੀਂ ਆਏ, ਕਿੰਨੇ ਸਾਰੇ ਕਮੈਂਟਸ ਆਏ, ਸਾਰਿਆਂ ਨੇ ਦੱਸਿਆ ਕਿ ਜਿਹੜਾ ਇਦਾਂ ਹੋਇਆ, ਰੱਬ ਦਾ ਕੁਝ ਕਹਿ ਰਹੇ ਸੀ ਕਿ ਰੱਬ ਦੇ ਨਾਲ ਰਹੋ, ਸਭ ਠੀਕ ਹੋਏਗਾ, ਤੁਸੀਂ ਟੈਨਸ਼ਨ ਨਾ ਲਓ, ਕੁਝ ਕਹਿ ਰਹੇ ਸੀ ਸਾਡੇ ਨਾਲ ਇਦਾਂ ਹੋਇਆ, ਆਪਣੀ ਲਾਈਫ ਬਾਰੇ ਦੱਸਿਆ, ਆਪਣੀ ਲਾਈਫ ਬਾਰੇ ਦੱਸਿਆ, ਕਿਉਂਕਿ ਕੋਈ ਵੀ ਨਹੀਂ ਅੱਜ ਕੱਲ ਦੱਸਦਾ ਕਮੈਂਟਸ ਵਿੱਚ, ਮੈਂ, ਬਹੁਤ ਵਧੀਆ ਤੁਸੀਂ ਕਮੈਂਟ ਕਰਦੇ ਆ, ਮੈਨੂੰ ਸੱਚੀ, ਮੈਨੂੰ ਪਰਸਨ, ਮੈਨੂੰ ਇੰਨਾ, ਇੱਕ ਕੁੜੀ ਨੂੰ ਇੱਦਾਂ ਪੜ੍ਹ ਕੇ ਮੈਨੂੰ ਇੰਨਾ ਦੇਖੋ, ਕਿਸੇ ਨੇ ਦੱਸਿਆ ਕਿੱਦਾਂ, ਇੰਨੇ ਮਹੀਨੇ ਨਾਲ, ਚਾਰ ਮਹੀਨੇ ਨੇ, ਕਿਸੇ ਨੇ ਕਿਹਾ ਮੈਂ ਸੱਤਵੇਂ ਮਹੀਨੇ ਇੱਦਾਂ ਹੋਈ, ਕਿਸੇ ਨੇ ਮਤਲਬ ਆਪਣੇ ਆਪਣੇ ਸਟੋਰੀ ਸ਼ੇਅਰ ਕੀਤੀ, ਫਿਰ ਮੇਰੀ ਬੇਬੀ ਗਰਲ ਹੋਈ ਬਿਲਕੁਲ ਠੀਕ ਆ, ਕਿਸੇ ਨੇ ਬੇਬੀ ਬੁਆਏ ਹੋਇਆ, ਕੁਛ ਕਦੇ ਇੱਦਾਂ ਵੀ ਹੋਏ ਚਾਂਸ ਕਿ ਨਾ ਕਿ ਪ੍ਰੀਮੈਚੁਅਰ ਹੋਈ ਡਿਲੀਵਰੀ, ਹਾਂਜੀ, ਪਰ ਠੀਕ ਆ, ਪਰ ਬੇਬੀ ਨੂੰ ਰੱਖਣਾ ਪਿਆ, ਬਟ ਠੀਕ ਆ, ਫਿਰ ਉਹ ਵੀ ਬਹੁਤ ਜ਼ਿਆਦਾ ਮੈਨੂੰ ਹੌਸਲਾ ਮਿਲਿਆ ਕਿ ਚਲੋ ਭਾਵੇਂ ਪਹਿਲਾਂ ਵੀ ਹੋਇਆ ਬਟ ਬੇਬੀ ਠੀਕ ਆ, ਕਿਉਂਕਿ ਯਾਰ ਇੱਕ ਮਾਂ, ਮੈਂ ਸਹੀ ਗੱਲ ਦੱਸਾਂ, ਚਾਹੇ ਮੈਂ ਹਸਬੈਂਡ ਆ ਜਾਂ ਫਾਦਰ ਆ ਬੇਬੀ ਦਾ, ਬਟ ਜੋ ਇੱਕ ਮਾਂ ਹੁੰਦੀ ਉਹ ਮਾਂ ਹੀ ਸਮਝ ਸਕਦੀ ਆ, ਕਿਉਂਕਿ ਮਾਂ ਨੇ ਇੰਨੇ ਟਾਈਮ ਆਪਣੇ ਅੰਦਰ ਪਾਲਣਾ, ਉਹਨੂੰ ਹਰ ਇੱਕ ਚੀਜ਼ ਮਾਂ ਤੋਂ ਮਿਲਣੀ, ਮਾਂ ਤੋਂ ਜਾਣਾ, ਤੇ ਉਹ ਮਾਂ ਦੇ ਨਾਲ ਬੱਚਾ ਜ਼ਿਆਦਾ ਕਨੈਕਟਡ ਹੁੰਦਾ, ਬਾਕੀ ਹੁਣ ਜੋ ਵੀ ਆ ਆਪਾਂ ਪਰਮਾਤਮਾ ਦੇ ਆਪਣਾ ਛੱਡ ਦਿੱਤਾ ਹੋਇਆ, ਵਾਹਿਗੁਰੂ ਜੀ ਜੋ ਕਰੋਗੇ ਸਭ ਠੀਕ ਕਰੋਗੇ, ਸਭ ਠੀਕ ਕਰੋਗੇ, ਹਜੇ ਵੀ ਲੋ ਲਾਈ ਨਹੀਂ ਆ ਪਰਸੈਂਟ, ਆਪਾਂ ਹੁਣ ਜੋ ਟੈਸਟ ਕਰਵਾਏ ਸੀ ਉਹ ਕਹਿੰਦੇ ਚੌਥੇ ਪੰਜਵੇਂ ਮਹੀਨੇ, ਪੰਜਵੇਂ ਛੇਵੇਂ ਮਹੀਨੇ ਤੱਕ ਕਹਿੰਦੇ ਆ ਕਿ ਜਾ ਸਕਦਾ ਉੱਪਰ ਉੱਤੇ, ਤੇ ਲੇਕਿਨ ਇਹ ਪ੍ਰੋਬਲਮ ਦਾ ਡਰ ਰਹੂਗਾ ਹਜੇ ਤੱਕ, ਬਾਕੀ ਇਹ ਨੈਚੁਰਲੀ ਆ, ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਹੈਗਾ, ਆਪਾਂ ਕੁਝ ਕਰ ਨਹੀਂ, ਬਸ ਆਪਾਂ ਰੱਬ ਦਾ ਨਾਮ ਲੈ ਸਕਦੇ ਆ ਕਿ ਰੱਬ, ਬਾਕੀ ਆਪਾਂ ਪਰਮਾਤਮਾ ਸਾਥ ਲੈ ਜੁੜੀ ਦੇ ਅੱਗੇ, ਬਸ ਕਿ ਸਭ ਠੀਕ ਹੋ ਜਾਵੇ, ਬਾਕੀ ਵਾਹਿਗੁਰੂ ਤੇ ਆਪਾਂ ਭਰੋਸਾ ਰੱਖਿਆ ਯਾਰ, ਆਪਾਂ ਜਦ ਕਦੀ ਕਿਸੇ ਦਾ ਮਾੜਾ ਨਹੀਂ ਕਰਿਆ, ਕੁਛ ਨਹੀਂ ਕਰਿਆ, ਵਾਹਿਗੁਰੂ ਸਭ ਠੀਕ ਰੱਖੇਗਾ, ਇਹ ਤਾਂ ਹੈ, ਬਾਕੀ ਤੁਸੀਂ ਸਾਡੇ ਨਾਲ ਆ, ਬਾਕੀ ਜਿੱਦਾਂ ਹੁਣ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ, ਵਲੌਗਸ ਡੇਲੀ ਹੁਣ ਕਰਾਂਗੇ, ਪੂਰੀ ਕੋਸ਼ਿਸ਼ ਆਪਾਂ ਡੇਲੀ ਕਰਾਂਗੇ, ਬਸ ਸੋਨਾ ਠੀਕ ਰਹੇ, ਬਸ, ਹਾਂਜੀ।
ਝੋਕੇ ਕੰਮ ਨੀ ਕਰਨਾ, ਜ਼ੋਰ ਦਾ ਕੰਮ ਨੀ ਕਰਨਾ, ਥੱਲੇ ਬੈਠਣਾ ਨੀ ਹੈਗਾ, ਮਤਲਬ ਜਿਆਦਾ ਲੌਂਗ ਟਾਈਮ ਸਫ਼ਰ ਨੀ ਕਰਨਾ, ਜ਼ੋਰ ਵਾਲਾ ਕੰਮ ਨੀ ਕਰਨਾ, ਬੇਬੀ ਨੂੰ ਜਿਆਦਾ ਕੈਰੀ ਨੀ ਕਰਨਾ, ਜਿੱਦਾਂ ਜੈਬੂ ਆ ਜੈਬੂ ਨੂੰ ਜਿਆਦਾ ਚੰਮ ਚੱਕਣਾ ਨੀ, ਇਹ ਚੀਜ਼ਾਂ ਤੋਂ ਮਨਾ ਕਰਿਆ ਹੋਇਆ। ਬਾਕੀ ਕੋਈ ਨੀ, ਇਹ ਚੀਜ਼ ਦਾ ਮੈਂ ਧਿਆਨ ਰੱਖੂੰਗਾ ਪੂਰਾ, ਠੀਕ ਆ, ਰੱਖਿਆ ਵੀ ਆ। ਬਾਕੀ ਬਸ ਵਾਹਿਗੁਰੂ ਮੈਨੂੰ ਵੀ ਠੀਕ ਰੱਖੇ, ਫਿਰ ਉਹਨੂੰ ਵੀ ਠੀਕ ਰੱਖੇ, ਤੁਹਾਨੂੰ ਵੀ ਸਾਰਿਆਂ ਨੂੰ ਠੀਕ ਰੱਖੇ, ਤੁਹਾਨੂੰ ਵੀ ਸਾਰਿਆਂ ਨੂੰ ਠੀਕ ਰੱਖੇ, ਕਿਉਂਕਿ ਤੁਸੀਂ ਵੀ ਸਾਡੀ ਫੈਮਿਲੀ ਹੈ, ਜਦੋਂ ਤੁਸੀਂ ਸਾਨੂੰ ਫੈਮਿਲੀ ਸਮਝਦੇ ਹੋ, ਬਸ ਇੱਦਾਂ ਹੌਸਲਾ ਦਿੰਦੇ ਰਹੋ, ਮੇਰੇ ਸਾਡੇ ਨਾਲ ਰਹੋ, ਤੇ ਆਪਾਂ ਵਲੌਗਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਜੋ ਵੀ ਹੋਇਆ ਜਿੱਦਾਂ ਵੀ ਹੋਇਆ, ਠੀਕ ਆ। ਤੇ ਵਲੌਗ ਇੰਨੇ ਲੇਟ ਨਹੀਂ ਹੁੰਦੇ, ਹੁਣ ਬਸ ਮੈਂ ਠੀਕ ਰਵਾਂ, ਕਿਉਂਕਿ ਸ਼ੂਟ ਜ਼ਿਆਦਾ ਚਾਹੁੰਦਾ ਕਰਦੇ ਹੁੰਦੇ ਵਲੌਗ, ਸੈਮ ਦਾ ਕੰਮ ਹੁੰਦਾ ਐਡਿਟ ਕਰਨ ਦਾ, ਹਾਂਜੀ ਇਹ ਜ਼ਿਆਦਾ ਸ਼ੂਟ ਕਰਦੇ ਹੁੰਦੇ ਆ, ਸੋ ਇਹ ਸ਼ੂਟ ਕਰਦੇ ਰਹੋਗੇ ਹੁਣ, ਸੈਮ ਨੂੰ ਇੰਟਰਸਟ ਆ ਕਰ ਤੇ ਆ ਦੇਖੋ ਕੀ ਕਰਦੇ ਪਏ ਆ ਇਹ, ਕਿਸੇ ਨਾਲ ਇਸ ਟਾਈਮ ਤੇ ਗੱਲ ਕਰਦੇ ਪਏ ਆ ਜੀ, ਬਹੁਤ ਜ਼ਿਆਦਾ ਬਿਜ਼ੀ ਗੱਲ ਆ ਸਾਡੀ। ਚਲੋ ਫਿਰ ਆਪਾਂ ਤੁਹਾਨੂੰ ਨੈਕਸਟ ਵਲੌਗ ਵਿੱਚ ਹੁਣ ਮਿਲਦੇ ਹਾਂ, ਠੀਕ ਆ, ਹਾਂਜੀ। ਤੇ ਹੁਣ ਤੋਂ ਆਪਾਂ ਕੋਸ਼ਿਸ਼ ਕਰਾਂਗੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਜੋ ਵੀ ਰੂਟੀਨ ਆਪਾਂ ਚੱਲਦਾ ਸੀ ਵਧੀਆ ਉਦਾਂ ਰੱਖੀਏ, ਠੀਕ ਆ। ਜਦੋਂ ਪਹਿਲਾ ਵਲੌਗ ਹੁੰਦੇ ਸੀ ਰੈਗੂਲਰ ਸਟਾਰਟ ਕਰੀਏ ਨਾ, ਮੈਂ ਤਾਂ ਕਹਿੰਦਾ ਜਿੱਦਾਂ ਤੁਸੀਂ ਸਾਨੂੰ ਪਿਆਰ ਦਿਖਾਇਆ ਨਾ, ਆਪਾਂ ਜਿੰਨਾ ਹੋ ਸਕੇ ਤੁਹਾਡੇ ਨਾਲ ਕਨੈਕਟਡ ਰਹਾਂਗੇ ਹੁਣ। ਸਹੀ ਗੱਲ ਆ, ਸੁੱਖ ਵੇਲੇ ਤਾਂ ਕਹਿੰਦੇ ਪੂਰੀ ਦੁਨੀਆ ਆ ਜਾਂਦੀ ਹੈ, ਪਰ ਮਾੜੇ ਟਾਈਮ ਦੇ ਵਿੱਚ ਕੋਈ ਕੋਈ ਹੁੰਦਾ, ਹੌਸਲਾ ਦੇਣਾ ਸਭ ਤੋਂ ਵੱਡੀ ਗੱਲ ਆ। ਸੋ ਤੁਹਾਡੇ ਸਾਰਿਆਂ ਦਾ ਇਸ ਵਾਰੀ ਫੇਰ ਤੋਂ ਧੰਨਵਾਦ, ਬਹੁਤ ਜ਼ਿਆਦਾ ਸੱਚੀ, ਬਹੁਤ ਹੀ ਬਹੁਤ ਜ਼ਿਆਦਾ ਧੰਨਵਾਦ। ਮੈਂ ਆਪਣੇ ਆਪ ਨੂੰ ਅਸੀਂ ਬਹੁਤ ਜ਼ਿਆਦਾ ਉਹ ਸਮਝਦੇ ਹਾਂ, ਸਹੀ ਗੱਲ ਹੈ, ਤੁਹਾਡੇ ਵਰਗੀ ਫੈਮਿਲੀ ਮਿਲੀ YouTube ਤੋਂ। ਚਲੋ ਆਪਾਂ ਤੁਹਾਨੂੰ ਹੁਣ ਨੈਕਸਟ ਵਲੌਗ ਵਿੱਚ ਮਿਲਦੇ ਹਾਂ, ਠੀਕ ਹੈ, ਇੱਦਾਂ ਪਿਆਰ ਦਿੰਦੇ ਰਹੋ, ਪਿਆਰ ਬਣਾਈ ਰੱਖਿਓ ਤੇ ਖੁਸ਼ ਰਹੋ, ਤੇ ਆਪਾਂ ਵੀ ਖੁਸ਼ ਰਹੀਏ, ਸਾਰੇ ਜਣੇ ਖੁਸ਼ ਰਹੋ। ਹਾਂਜੀ ਚਲੋ ਠੀਕ ਹੈ ਜੀ, ਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਜੈਮ ਬਾਏ, ਸਾਰਿਆਂ ਨੂੰ ਬਾਏ ਕਰ ਦੋ। ਨਾ ਜੀ ਉਹ ਫੋਨ ਚ ਬਿਜ਼ੀ ਹੈ, ਕਿੰਨਾ ਫੋਨ ਚ ਬਿਜ਼ੀ ਆ, ਓਏ ਓਏ ਗਿੱਧਾ ਪਾ ਕੇ ਦਿਖਾ ਦੋ, ਚਲੋ ਇੱਕ ਵਾਰੀ, ਜੈਮ ਨੇ ਵੀ ਸਾਰੇ ਜਣੇ ਨੇ ਬਹੁਤ ਮਿਸ ਕੀਤਾ, ਆ ਫੋਨ ਛੱਡ ਕੇ ਮੰਮਾ ਨੇ ਗਿੱਧਾ ਗਿੱਧਾ ਪਾ ਲੋ, ਗਿੱਧਾ ਪਾ ਲੋ, ਗਿੱਧਾ ਪਾ ਲੋ, ਗਿੱਧਾ ਪਾ ਲੋ, ਸਾਰੇ ਜਣੇ ਜੈਮ ਨੂੰ ਵੀ ਸਾਹਿਬ ਸਾਰੇ ਨੇ ਬਹੁਤ ਮਿਸ ਕੀਤਾ, ਜੈਮ ਬਿਲਕੁਲ ਠੀਕ ਆ, ਚਲੋ ਇਹਨੇ ਨੀ ਕੁਛ ਬੋਲਣਾ, ਚਲੋ ਠੀਕ ਹੈ ਜੀ, ਬਾਏ ਬਾਏ।